ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਲੈ ਕੇ ਆਇਆ ਜੀ ਨਵੇਂ ਨੋਟੀਫਿਕੇਸ਼ਨ ਦੀ ਇਨਫੋਰਮੇਸ਼ਨ ਜੋ ਕਿ ਜਾਰੀ ਕੀਤਾ ਗਿਆ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣ ਤੇ ਡਿਸਕ੍ਰਿਪਸ਼ਨ ਵਿੱਚ ਆਪਣੇ ਟੈਲੀਗ੍ਰam ਤੇ ਇੰਸਟਾਗ੍ਰam ਚੈਨਲਾਂ ਦੇ ਲਿੰਕ ਪ੍ਰੋਵਾਈਡ ਕੀਤੇ ਗਏ ਹਨ ਉਹਨਾਂ ਤੇ ਵਿਜ਼ਿਟ ਕਰਕੇ ਚੈਨਲ ਨੂੰ ਜੁਆਇਨ ਤੇ ਫੋਲੋ ਜ਼ਰੂਰ ਕਰ ਲਵੋ ਤਾਂ ਕਿ ਤੁਸੀਂ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਮਿਸ ਨਾ ਕਰੋ ਇਸ ਚੈਨਲ ਦੇ ਉੱਤੇ ਆਪਾਂ ਐਗਜ਼ਾਮ ਪ੍ਰੈਪਰੇਸ਼ਨ ਜੌਬ ਨੋਟੀਫਿਕੇਸ਼ਨ ਅਤੇ ਹਰ ਇੱਕ ਤਰ੍ਹਾਂ ਦੀ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਸਪੈਸ਼ਲੀ ਮੈਡੀਕਲ ਫੀਲਡ ਵਾਲੇ ਬੱਚਿਆਂ ਲਈ ਨਰਸਿੰਗ ਫੀਲਡ ਵਾਲੇ ਬੱਚਿਆਂ ਲਈ ਹਾਂਜੀ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਟਾਈਮ ਆਪਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਆਏ ਹਾਂ ਸੋ ਜਦੋਂ ਆਪਾਂ ਸਕਰੋਲ ਨੂੰ ਥੋੜਾ ਜਿਹਾ ਡਾਊਨ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ एक नोटिफिकेशन अपलोड किया जी आ देखो रिवाइज्ड नोट्स फॉर एम ओ पी अप एंड स्ट्रेव वैकेंसी राउंड ऑफ पी जी मैडिकल काउंसलिंग दो हज़ार इक्की सो रिवाइज जोट्स आपलोड कर दिता गया जी सो so, इनू आप जो ओपन करके देख लें हाँ जी ਤੇ ਆ ਦੇਖੋ ਜੀ ਇਹ ਡਾਊਨਲੋਡ ਹੋ ਗਿਆ ਆਪਣੇ ਕੋਲੇ ਸੋ ਆਪਾਂ ਓਪਨ ਕਰਦੇ ਆ ਆ ਦੇਖੋ ਹਾਂਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਰਿਵਾਈਜ਼ ਐਡਮਿਸ਼ਨ ਨੋਟਸ ਫॉर ਮੌਪ ਅਪ ਰਾਉਂਡ ਫॉर ਪੀਜੀ ਮੈਡੀਕਲ ਕੋਰਸਸ ਅੰਡਰ NEET PG 2021 ਠੀਕ ਆ ਜੀ ਇਹ ਜਿਹੜਾ ਰਿਵਾਈਜ਼ਡ ਨੋਟਿਸ ਆ ਇਹ ਪਹਿਲਾਂ ਵੀ ਇਹਨਾਂ ਨੇ ਪਾਇਆ ਇਸ ਕਰਕੇ ਰਿਵਾਈਜ਼ ਕੀਤਾ ਗਿਆ ਵਾ ਸੋ ਇਹ ਨੋਟਿਸ ਤੁਸੀਂ ਧਿਆਨ ਨਾਲ ਰੀਡ ਕਰਨਾ ਹੋਵੇਗਾ ਤੇ ਜਿਹੜੇ ਵੀ ਕੈਂਡੀਡੇਟ ਨੇ ਐਡਮਿਸ਼ਨ ਲਈ ਅਪਲਾਈ ਕੀਤਾ ਸੀ ਕਰਨਾ ਵਾ ਮੋਪ ਅਪ ਰਾਊਂਡ ਲਈ ਉਹ ਕਰ ਸਕਦੇ ਨੇ ਸੋ ਇਹ ਨੋਟੀਫਿਕੇਸ਼ਨ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਵਾ ਦੇਵਾਂਗਾ ਉਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਅਦਰਵਾਈਜ਼ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰਨਾ ਹੋਵੇਗਾ ਤੇ ਉਥੋਂ ਵੀ ਤੁਸੀਂ ਇਹ ਡਾਊਨਲੋਡ ਕਰ ਸਕਦੇ ਹੋ ਸੋ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਤੁਸੀਂ ਨੋਟ ਵੀ ਕਰ ਸਕਦੇ ਹੋ www. bfuhs.ac.in ਸੋ ਇਸ ਵੈਬਸਾਈਟ ਤੇ ਰੈਗੂਲਰ ਵਿਜ਼ਿਟ ਕਰਦੇ ਰਹਾ ਕਰੋ ਜੀ ਬਹੁਤ ਸਾਰੀਆਂ ਜੌਬਸ ਨੋਟੀਫਿਕੇਸ਼ਨ ਅਤੇ ਇੰਪੋਰਟੈਂਟ ਇਨਫੋਰਮੇਸ਼ਨ ਇਸ ਵੈਬਸਾਈਟ ਤੇ ਪੈਂਦੀ ਰਹਿੰਦੀ ਹੈ ਸਪੈਸ਼ਲੀ ਮੈਡੀਕਲ ਫੀਲਡ ਵਾਲੇ ਬੱਚੇ ਸੋ ਉਮੀਦ ਆ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋ ਜੇ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਿਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ